वाहिगुरु जी का खालसा वाहिगुरु जी की फतेह। अनमोल विचार चैनल विच आप सब का स्वागत है। अपनी अज दी वीडियो दे विच आपां गल करनी आ कुछ चंगीआं आदतां बारे जां चंगे कम्मां बारे जो रोज रोज आपां अपने घर विच करने आ अते साडे वल्लों कीते होए ये चंगे कम जां साडे वल्लों अपनाईआं होईआं ये चंगीआं आदतां दा चंगा असर साडे अपने जीवन उत्ते तां पवेगा ही। साडे नाल जुड़े होए रिश्ते साडे भैण भरा साडे बच्चे उहनां दे उत्ते वी बहुत चंगा प्रभाव पवेगा। कुछ ही दिनां दे विच देखना साडे घर दी काया ही पलट जाणी आ। साडा घर हमेशा तरक्की दे राह ते तुरेगा। निराशा ना कामयाबी कदे भी नेड़े नहीं आ सकदी। तां इस करके अज दी वीडियो नूं पूरा ध्यान दे नाल जरूर सुणिओ। जेकर इह वीडियो तुहानूं चंगी लगी तां फिर इस नूं लाइक ते शेयर कर देना अते नाल नाल कमेंट बॉक्स दे विच जाके वाहिगुरु जी या फिर धन गुरु नानक देव जी जरूर लिख के आना। तो आओ अज दी वीडियो शुरू करते हैं। देखो जी साडे बुजुर्ग साडे अध्यापक विद्वान महापुरख सारे ही सानू एक गल समझाउंदे आ कि हर एक इंसान दीआं आदतां ही उहदा भविख तय करदीआं ने। जेकर साडीआं आदतां चंगीआं ने ना असीं चंगे काम कर रहे हां तां साडे नाल कदे भी माड़ा नहीं हो सकदा। इस करके परिवार दे विच जो भी वड्डा जी आ भावें मां बाप ने जां वड्डे भैण भरा ने उन्हां दी जिम्मेवारी भी वड्डी हुंदी आ क्योंकि उन्हां नूं देख देख के छोटियां ने सिखना है। आपां कुछ दिन पहलां भी एक वीडियो अपलोड कीती सी जिहदे विच आपां वड्डे नौ पुत नूं कुछ काम करन दे लई सलाह दित्ती सी। क्योंकि देखो जी आपां सलाह देनी आ करना जां ना करना उह तां तुहाडी मर्जी आ। तां उह वीडियो नूं सारिआं ने बड़ा पसंद कीता पर एक दो जणिआं ने विच कमेंट कीते सी कि की गल सारिआं जिम्मेवारियां सारे फिकर वड्डिआं नूं ही होण छोटियां दी कोई जिम्मेवारी नहीं बणदी। ਇਹ ਵੀਡੀਓ ਆਪਾਂ ਇਸੇ ਕਰਕੇ ਹੀ ਬਣਾਈ ਸੀ ਅਤੇ ਅੱਜ ਵੀ ਇਸੇ ਕਰਕੇ ਹੀ ਵੀਡੀਓ ਬਣਾ ਰਹੇ ਹਾਂ ਕਿ ਵੱਡਿਆਂ ਨੇ ਚੰਗੀਆਂ ਆਦਤਾਂ ਅਪਣਾਉਣੀਆਂ ਨੇ ਤਾਂ ਜੋ ਸਾਡੇ ਛੋਟੇ ਵੇਖ ਕੇ ਸਾਨੂੰ ਸਿੱਖ ਸਕਣ। ਕਿਉਂਕਿ ਇਹ ਘਰ ਦੇ ਵਿੱਚ ਆ ਸਾਡੇ ਬੱਚੇ ਮਾਂ ਬਾਪ ਨੂੰ ਦੇਖ ਕੇ ਸਿੱਖਦੇ ਆ ਸਾਡੇ ਛੋਟੇ ਵੱਡਿਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਆ ਤਾਂ ਫਿਰ ਆਪਾਂ ਪਹਿਲਾਂ ਆਪਣੇ ਅੰਦਰ ਸੁਧਾਰ ਕਰਨਾ ਹੈ ਤਾਂ ਹੀ ਆਪਾਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਜਾਂ ਆਪਣੇ ਬੱਚਿਆਂ ਨੂੰ ਸੁਧਾਰ ਸਕਦੇ ਆ ਉਹਨਾਂ ਦੀਆਂ ਆਦਤਾਂ ਦੇ ਵਿੱਚ ਬਦਲਾਵ ਕਰ ਸਕਦੇ ਆ। ਜੇਕਰ ਆਪਾਂ ਆਪਣੇ ਆਪ ਨੂੰ ਬਦਲ ਗਏ ਤਾਂ ਆਪਾਂ ਆਪਣਾ ਜੀਵਨ ਇੰਨਾ ਪ੍ਰਭਾਵਸ਼ਾਲੀ ਬਣਾ ਲੈਣਾ ਹੈ ਕਿ ਸਾਨੂੰ ਕਹਿਣ ਦੀ ਲੋੜ ਹੀ ਨਾ ਪਵੇ। ਸਾਡੇ ਕੀਤੇ ਹੋਏ ਕੰਮਾਂ ਦਾ ਸਾਡੀ ਜ਼ਿੰਦਗੀ ਦੇ ਉੱਤੇ ਜਦੋਂ ਚੰਗਾ ਅਸਰ ਪਿਆ ਸਾਡੀਆਂ ਚੰਗੀਆਂ ਆਦਤਾਂ ਦਾ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਇੰਨਾ ਚੰਗਾ ਅਸਰ ਪਿਆ ਅਸੀਂ ਤਰੱਕੀ ਦੇ ਰਾਹ ਤੇ ਤੁਰੇ ਅਸੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵਾਂਗੇ ਤਾਂ ਸਾਨੂੰ ਦੇਖ ਦੇਖ ਕੇ ਸਾਡੇ ਛੋਟੇ ਵੀ ਸਾਡੀਆਂ ਚੰਗੀਆਂ ਆਦਤਾਂ ਅਪਣਾਉਣੀਆਂ ਸ਼ੁਰੂ ਕਰ ਦੇਣਗੇ ਕਿਉਂਕਿ ਉਹ ਖੁਦ ਪ੍ਰਭਾਵਿਤ ਹੋਣਗੇ। ਤਾਂ ਇਹ ਚੰਗੀਆਂ ਆਦਤਾਂ ਕਿਹੜੀਆਂ ਨੇ? ਸਭ ਤੋਂ ਪਹਿਲੀ ਆਦਤ ਖਾਸ ਕਰਕੇ ਮਾਂ ਬਾਪ ਧਿਆਨ ਦੇ ਨਾਲ ਸੁਣਨ ਕਿਉਂਕਿ ਜੇ ਹੋਰ ਕਿਸੇ ਦੇ ਲਈ ਨਹੀਂ ਨਾ ਕਰਨਾ ਤਾਂ ਆਪਣੇ ਬੱਚਿਆਂ ਦੇ ਲਈ ਹੀ ਇਹ ਆਦਤਾਂ ਅਪਣਾਉਣੀਆਂ ਨੇ। ਸਭ ਤੋਂ ਪਹਿਲੀ ਆਦਤ ਆ ਸਵੇਰੇ ਜਲਦੀ ਉੱਠਣ ਦੀ। ਸਵੇਰੇ ਜਲਦੀ ਉੱਠਣਾ ਭਾਵ ਕਿ ਅੰਮ੍ਰਿਤ ਵੇਲੇ ਉੱਠਣਾ। ਉੱਠਦਿਆਂ ਸਾਰ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਫਿਰ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਅਤੇ ਰੋਜ਼ ਗੁਰੂ ਘਰੇ ਜਾਣਾ ਭਾਵੇਂ ਸਵੇਰ ਦਾ ਵੇਲਾ ਨਿਰਧਾਰਿਤ ਕਰ ਲਓ ਭਲਾ ਸ਼ਾਮ ਦਾ ਵੇਲਾ ਇੱਕ ਵੇਲੇ ਗੁਰੂ ਘਰੇ ਜਾਣਾ ਹੈ। ਗੁਰੂ ਘਰੇ ਜਾ ਕੇ ਜੇ ਹੋ ਸਕੇ ਤਾਂ ਸਾਧ ਸੰਗਤ ਦੇ ਵਿੱਚ ਬੈਠ ਕੇ ਕਥਾ ਵਿਚਾਰ ਸੁਣਨੀ ਨਾਮ ਜਪਣਾ ਸੇਵਾ ਕਰਨੀ ਜਿੰਨੀ ਕੁ ਹਾਜ਼ਰੀ ਆਪਾਂ ਗੁਰੂ ਘਰੇ ਲਗਾ ਸਕਦੇ ਹਾਂ ਉਹ ਲਗਾਉਣੀ ਆ। ਉਸ ਤੋਂ ਬਾਅਦ ਘਰ ਦੇ ਵਿੱਚ ਜੋ ਸਾਡੀਆਂ ਜ਼ਿੰਮੇਵਾਰੀਆਂ ਨੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਉਹਨਾਂ ਦੀ ਸੇਵਾ ਕਰਨੀ ਰੋਜ਼ ਉਹਨਾਂ ਦੇ ਕੋਲ ਬੈਠਣਾ ਭਾਵੇਂ 10 ਮਿੰਟ ਬੈਠੋ 15 ਮਿੰਟ ਬੈਠੋ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦਾ ਹਾਲ ਚਾਲ ਪੁੱਛਣਾ ਆਪਣੇ ਕੰਮਾਂ ਕਾਰਾਂ ਬਾਰੇ ਦੱਸਣਾ ਕਿ ਆਪਾਂ ਆਹ ਆਹ ਕੰਮ ਸ਼ੁਰੂ ਕੀਤੇ ਆ ਉਹਨਾਂ ਦੀ ਸਲਾਹ ਲੈਣੀ। ਇੰਜ ਮਾਂ ਬਾਪ ਨੂੰ ਵੀ ਬੜਾ ਵਧੀਆ ਲੱਗੇਗਾ ਕਿ ਸਾਡੇ ਬੱਚੇ ਸਾਡੀ ਸਲਾਹ ਲੈ ਰਹੇ ਨੇ। ਕਰਨੀ ਤੁਸੀਂ ਆਪਣੀ ਮਰਜ਼ੀ ਆ ਪਰ ਇੱਕ ਵਾਰ ਜਦੋਂ ਤੁਸੀਂ ਉਹਨਾਂ ਨੂੰ ਪੁੱਛੋਗੇ ਨਾ ਕਿ ਆਪਾਂ ਆਹ ਕੰਮ ਕਰ ਰਹੇ ਹਾਂ ਕੀ ਇਹ ਕੰਮ ਠੀਕ ਆ ਜਾਂ ਤੁਸੀਂ ਆਪਣੀ ਜਾਣਕਾਰੀ ਉਹਨਾਂ ਦੇ ਨਾਲ ਸਾਂਝੀ ਕਰੋਗੇ ਕਿ ਮੈਂ ਤਾਂ ਇਹ ਸੋਚ ਕੇ ਕੰਮ ਸ਼ੁਰੂ ਕੀਤਾ ਹੈ ਤੁਹਾਡੀ ਕੀ ਸਲਾਹ ਹੈ ਤਾਂ ਜੇ ਵਿੱਚ ਉਹ ਚੰਗੀ ਸਲਾਹ ਦੇ ਰਹੇ ਨੇ ਤਾਂ ਆਪਾਂ ਉਹੀ ਵਿੱਚ ਐਡ ਕਰ ਸਕਦੇ ਹਾਂ। ਪਰ ਜੇਕਰ ਉਹਨਾਂ ਦੀਆਂ ਗੱਲਾਂ ਉਹਨਾਂ ਦੀ ਸਲਾਹ ਸਾਨੂੰ ਨਹੀਂ ਚੰਗੀ ਲੱਗੀ ਤਾਂ ਉਹਨਾਂ ਨੂੰ ਝਿੜਕ ਕੇ ਜਾਂ ਉਹਨਾਂ ਦੇ ਨਾਲ ਗੁੱਸੇ ਦੇ ਵਿੱਚ ਨਹੀਂ ਬੋਲਣਾ ਪਿਆਰ ਦੇ ਨਾਲ ਹੀ ਗੱਲ ਕਰਨੀ ਆ ਪਿਆਰ ਨਾਲ ਪੇਸ਼ ਆਉਣਾ ਹੈ। ਘਰ ਦੇ ਵਿੱਚ ਹਰ ਜੀ ਦੇ ਨਾਲ ਹਮੇਸ਼ਾ ਸ਼ਾਂਤ ਲਹਿਜੇ ਦੇ ਵਿੱਚ ਗੱਲ ਕਰਨੀ ਚਾਹੀਦੀ ਆ ਕਿਉਂਕਿ ਸਾਡੇ ਬੱਚੇ ਸਾਨੂੰ ਦੇਖ ਦੇਖ ਕੇ ਸਿੱਖ ਰਹੇ ਨੇ। ਬਹੁਤੀਆਂ ਮਾੜੀਆਂ ਆਦਤਾਂ ਬੱਚੇ ਘਰ 'ਚੋਂ ਹੀ ਸਿੱਖ ਜਾਂਦੇ ਆ
ਜਦੋਂ ਅਸੀਂ ਗੱਲ ਗੱਲ ਉੱਤੇ ਕਾਲੇ ਪੈਂਦੇ ਆ ਗੁੱਸੇ ਵਿੱਚ ਆ ਜਾਂਦੇ ਨਾ ਤਾਂ ਬੱਚੇ ਦੇ ਛੋਟੇ ਹੁੰਦਿਆਂ ਤੋਂ ਮਨ ਤੇ ਇਹ ਪ੍ਰਭਾਵ ਪੈ ਜਾਂਦਾ ਵੀ ਭਾਈ ਇਹ ਜਿਹੜੀਆਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਜੋ ਵੀ ਸਾਡੇ ਮਸਲੇ ਆ ਨਾ ਇਹ ਸ਼ਾਂਤੀ ਦੇ ਨਾਲ ਹੱਲ ਨਹੀਂ ਹੋ ਸਕਦੇ ਇਹਨਾਂ ਦੇ ਲਈ ਗੁੱਸਾ ਕਰਨਾ ਜ਼ਰੂਰੀ ਆ ਤਾਂ ਉਹ ਬੱਚੇ ਵੀ ਫਿਰ ਗੁੱਸੇ ਨੂੰ ਜ਼ਰੂਰੀ ਚੀਜ਼ ਸਮਝ ਲੈਂਦੇ ਆ ਵੀ ਗੁੱਸਾ ਤਾਂ ਕਰਨਾ ਹੀ ਪੈਣਾ ਹੈ ਤਾਂ ਹੀ ਕੰਮ ਹੋਣਗੇ ਤਾਂ ਇਸ ਕਰਕੇ ਆਪਾਂ ਅਜਿਹੇ ਪੂਰਨੇ ਪਾਉਣੇ ਆ ਹਮੇਸ਼ਾ ਸ਼ਾਂਤੀ ਦੇ ਨਾਲ ਗੱਲ ਸੁਣਨੀ ਜੇ ਕੋਈ ਸਾਹਮਣੇ ਗੱਲ ਕਰ ਰਿਹਾ ਹੈ ਨਾ ਉਹਨੂੰ ਬੜੇ ਧਿਆਨ ਦੇ ਨਾਲ ਸੁਣਨਾ ਪੂਰੀ ਗੱਲ ਸੁਣ ਕੇ ਫਿਰ ਹੀ ਬੋਲਣਾ ਬਹੁਤੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਅਗਲੇ ਦੀ ਪੂਰੀ ਗੱਲ ਸੁਣਨੀ ਹੀ ਨਹੀਂ ਵਿੱਚ ਵਿਚਾਲੇ ਉਹੀ ਉਹਨੂੰ ਟੋਕ ਦੇਣਾ ਤੈਨੂੰ ਬੜਾ ਪਤਾ ਹੈ ਤੈਨੂੰ ਕੁਝ ਨਹੀਂ ਪਤਾ ਇੱਕ ਵਾਰੀ ਉਹਦੀ ਪੂਰੀ ਗੱਲ ਸੁਣ ਲਓ ਫਿਰ ਆਰਾਮ ਦੇ ਨਾਲ ਆਪਣਾ ਪੱਖ ਰੱਖੋ ਕਿ ਭਾਈ ਆਪਾਂ ਨੂੰ ਆਹ ਕੰਮ ਕਰਕੇ ਏਦਾਂ ਨੁਕਸਾਨ ਹੋ ਸਕਦਾ ਹੈ ਜਦੋਂ ਆਪਾਂ ਵਿੱਚ ਵਿਚਾਲੇ ਅਗਲੇ ਦੀ ਗੱਲ ਟੋਕਦੇ ਹਾਂ ਗੁੱਸੇ ਨਾਲ ਬੋਲਦੇ ਹਾਂ ਤਾਂ ਸਾਹਮਣੇ ਵਾਲੇ ਨੂੰ ਵੀ ਗੁੱਸਾ ਆਉਂਦਾ ਹੈ ਪਰ ਜੇ ਉਹੀ ਗੱਲ ਆਪਾਂ ਸ਼ਾਂਤੀ ਦੇ ਨਾਲ ਬੜੇ ਪਿਆਰ ਦੇ ਨਾਲ ਸਮਝਾਈਏ ਤਾਂ ਸਭ ਨੂੰ ਸਮਝ ਆ ਜਾਂਦੀ ਹੈ ਇਹ ਆਦਤ ਆਪਾਂ ਆਪਣੇ ਘਰ ਵਿੱਚ ਜ਼ਰੂਰ ਅਪਣਾਉਣੀ ਹੈ ਉਸ ਤੋਂ ਬਾਅਦ ਆਪਣੇ ਕੰਮ ਆਪ ਕਰਨੇ ਕਦੇ ਵੀ ਆਪਣੇ ਕੰਮਾਂ ਦੇ ਲਈ ਦੂਜਿਆਂ ਤੇ ਡਿਪੈਂਡ ਨਹੀਂ ਰਹਿਣਾ ਛੋਟੇ ਛੋਟੇ ਕੰਮ ਜਿਵੇਂ ਆਪਣੇ ਕੱਪੜੇ ਕੱਢਣੇ ਆਪਣੇ ਜੁੱਤੇ ਪਾਲਿਸ਼ ਕਰਨੇ ਜਾਂ ਆਪਣੇ ਜੁੱਤੇ ਉਤਾਰ ਕੇ ਆਪਣੀ ਸਹੀ ਜਗ੍ਹਾ ਦੇ ਉੱਤੇ ਰੱਖਣੇ ਇਹ ਛੋਟੀਆਂ ਛੋਟੀਆਂ ਆਦਤਾਂ ਸਾਨੂੰ ਅਪਣਾਉਣੀਆਂ ਚਾਹੀਦੀਆਂ ਨੇ ਫਿਰ ਬੱਚੇ ਸਾਨੂੰ ਦੇਖ ਦੇਖ ਕੇ ਛੱਡਣਗੇ ਬਹੁਤੇ ਘਰਾਂ ਦਾ ਸੁਭਾਅ ਕੀ ਹੁੰਦਾ ਹੈ ਕਿ ਜੋ ਵੀ ਬਾਹਰੋਂ ਆਇਆ ਉਹਨੇ ਆਪਣੀ ਜੁੱਤੀ ਚੱਪਲ ਲਾਈ ਬਸ ਜਿੱਥੇ ਬੈਠਾ ਸੀ ਉੱਥੇ ਹੀ ਲਾ ਦੀ ਉਹ ਜੁੱਤੀ ਉਤਾਰ ਕੇ ਚੱਪਲ ਪਾ ਲੈਣੀ ਆ ਜੇਕਰ ਕੰਮ ਤੇ ਜਾਣਾ ਹੈ ਤਾਂ ਉਹ ਚੱਪਲਾਂ ਉੱਥੇ ਸੋਫਿਆਂ ਦੇ ਕੋਲ ਲਾ ਕੇ ਰੱਖ ਜਾਣੀਆਂ ਨੇ ਉੱਥੋਂ ਜੁੱਤੀ ਪਾ ਕੇ ਚਲੇ ਜਾਣਾ ਹੈ ਇੱਥੋਂ ਤੀਕਰ ਕਿ ਉਹਨਾਂ ਨੂੰ ਇਕੱਠੀਆਂ ਵੀ ਨਹੀਂ ਕਰਨਾ ਜਿਵੇਂ ਜਿਵੇਂ ਜਿਹੜਾ ਪੈਰ ਜਿੱਥੇ ਰੱਖਿਆ ਸੀ ਨਾ ਉੱਥੇ ਦੀਆਂ ਉੱਥੇ ਹੀ ਉਹ ਚੱਪਲ ਜੁੱਤੀ ਪਈ ਹੁੰਦੀ ਆ ਇਹ ਕਈ ਘਰਾਂ ਦੇ ਵਿੱਚ ਦੇਖਦੇ ਹਾਂ ਪਰ ਇਹ ਛੋਟੀਆਂ ਛੋਟੀਆਂ ਆਦਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਕੰਮ ਕਰਦੀਆਂ ਔਰਤਾਂ ਨੇ ਹੀ ਕਰਨੇ ਆ ਕੁਝ ਜ਼ਿੰਮੇਵਾਰੀਆਂ ਕੁਝ ਚੰਗੀਆਂ ਆਦਤਾਂ ਮੇਰੇ ਵੀਰਾਂ ਨੂੰ ਵੀ ਅਪਣਾਉਣੀਆਂ ਚਾਹੀਦੀਆਂ ਨੇ ਇਹ ਆਪਣੇ ਕੰਮ ਆਪ ਕਰਨ ਦੇ ਨਾਲ ਬੰਦਾ ਛੋਟਾ ਨਹੀਂ ਹੋ ਜਾਂਦਾ ਇੱਕ ਇਹ ਚੰਗੀ ਸਿੱਖਿਆ ਹੋਵੇਗੀ ਸਾਡੇ ਬੱਚਿਆਂ ਦੇ ਲਈ ਕਿਉਂਕਿ ਇਹ ਆਉਣ ਵਾਲੇ ਸਮੇਂ ਦੀ ਮੰਗ ਆ ਅੱਜ ਤਾਂ ਥੋੜਾ ਬਹੁਤਾ ਫੇਰ ਵੀ ਘਰ ਦੇ ਵਿੱਚ ਇੱਕ ਦੂਸਰੇ ਦੇ ਕੰਮ ਕਰ ਲਏ ਜਾਂਦੇ ਆ ਪਰ ਜਿਹੜਾ ਆਉਣ ਵਾਲਾ ਸਮਾਂ ਹੈ ਨਾ ਉਹ ਬਹੁਤ ਖਤਰਨਾਕ ਆ ਬੜਾ ਭਿਆਨਕਰ ਆ ਉਹਦੀ ਤਿਆਰੀ ਸਾਨੂੰ ਹੁਣ ਤੋਂ ਹੀ ਕਰਨੀ ਪੈਣੀ ਆ ਇਸ ਕਰਕੇ ਆਪਣੇ ਬੱਚਿਆਂ ਨੂੰ ਗੁਰੂ ਦੇ ਲੜ ਲਾਉਣਾ ਗੁਰਬਾਣੀ ਦਾ ਗਿਆਨ ਦੇਣਾ ਚੰਗੀ ਸਿੱਖਿਆ ਸੰਸਕਾਰ ਦੇਣੇ ਇਹ ਸਾਡੇ ਲਈ ਬਹੁਤ ਜ਼ਰੂਰੀ ਨੇ ਜੇ ਇਹ ਚੰਗੇ ਗੁਣ ਚੰਗੀਆਂ ਆਦਤਾਂ ਸਾਡੇ ਵਿੱਚ ਹੋਣਗੀਆਂ ਤਾਂ ਸਾਡੇ ਬੱਚੇ ਸਾਨੂੰ ਦੇਖ ਦੇਖ ਕੇ ਜ਼ਰੂਰ ਸਿੱਖਣਗੇ ਬਾਕੀ ਜਦੋਂ ਆਪਾਂ ਰੋਟੀ ਪਾਣੀ ਖਾਂਦੇ ਪੀਂਦੇ ਉਦੋਂ ਸ਼ੁਕਰਾਨਾ ਕਰਨਾ ਆਪਣੇ ਬਰਤਨ ਚੁੱਕ ਕੇ ਆਪੇ ਰਸੋਈ ਦੇ ਵਿੱਚ ਰੱਖ ਕੇ ਆਉਣੇ ਅਤੇ ਖਾਣਾ ਖਾਣ ਤੋਂ ਬਾਅਦ ਲੰਮੇ ਨਹੀਂ ਪੈਣਾ ਲੇਟਣਾ ਨਹੀਂ ਕੁਝ ਦੇਰ ਸੈਰ ਕਰਨੀ ਆ ਇਹ ਸਾਡੀ ਆਪਣੀ ਸਿਹਤ ਅਤੇ ਸਾਡੇ ਬੱਚਿਆਂ ਦੀ ਸਿਹਤ ਦੇ ਲਈ ਬਹੁਤ ਜ਼ਰੂਰੀ ਆਦਤ ਆ ਇਹ ਕੰਮ ਆਪਾਂ ਕਰਨਾ ਜ਼ਰੂਰ ਸ਼ੁਰੂ ਕਰਨਾ ਹੈ ਅਤੇ ਬੱਚਿਆਂ ਨੂੰ ਵੀ ਸ਼ੁਰੂ ਕਰਵਾਉਣਾ ਹੈ ਕਿ ਰੋਟੀ ਖਾਣ ਤੋਂ ਬਾਅਦ ਕੁਝ ਦੇਰ ਆਪਾਂ ਸੈਰ ਕਰਨੀ ਆ ਬਾਕੀ ਸਵੇਰ ਦੀ ਸੈਰ ਤਾਂ ਜ਼ਰੂਰੀ ਹੀ ਆ ਫਿਰ ਹੀ ਆਪਾਂ ਤੰਦਰੁਸਤ ਰਹਿ ਸਕਦੇ ਹਾਂ ਇਸ ਤੋਂ ਬਾਅਦ ਘਰ ਦੇ ਵਿੱਚ ਜੋ ਵੀ ਸਾਡੇ ਸੇਵਾਦਾਰ ਨੇ ਜੋ ਵੀ ਕਰਮਚਾਰੀ ਕੰਮ ਕਰਦੇ ਨੇ ਭਾਵੇਂ ਤੁਹਾਡਾ ਕੋਈ ਡਰਾਈਵਰ ਆ ਭਾਵੇਂ ਰਸੋਈ ਦਾ ਕੰਮ ਕਾਰ ਕਰ ਰਿਹਾ ਹੈ ਜਾਂ ਬੱਚਿਆਂ ਦੀ ਸਕੂਲ ਵੈਨ ਦਾ ਡਰਾਈਵਰ ਹੈ ਤਾਂ ਉਹਨਾਂ ਦੇ ਨਾਲ ਬੋਲਣ ਚਾਲਣ ਦਾ ਸਲੀਕਾ ਬੱਚਿਆਂ ਨੂੰ ਸਿਖਾਉਣਾ ਹੈ ਮਾਫ਼ ਕਰਨਾ ਅਤੇ ਮਾਫ਼ੀ ਮੰਗਣੀ ਇਹ ਗੁਣ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਣੇ ਆ ਕਿ ਮਾਫ਼ੀ ਮੰਗਣ ਦੇ ਨਾਲ ਬੰਦਾ ਕਦੇ ਵੀ ਛੋਟਾ ਨਹੀਂ ਹੁੰਦਾ ਜੇ ਗਲਤੀ ਕੀਤੀ ਹੈ ਤਾਂ ਉਸ ਗਲਤੀ ਨੂੰ ਸਵੀਕਾਰ ਕਰਕੇ ਮਾਫ਼ੀ ਮੰਗਣੀ ਆ ਅਤੇ ਜੇ ਕੋਈ ਸਾਡੇ ਤੋਂ ਮਾਫ਼ੀ ਮੰਗ ਰਿਹਾ ਹੈ ਤਾਂ ਉਹਨੂੰ ਮਾਫ਼ ਕਰ ਦੇਣਾ ਬੜਾ ਵੱਡਾ ਗੁਣ ਆ ਅਤੇ ਦਿਲੋਂ ਮਾਫ਼ ਕਰਨਾ ਹੈ ਇਹ ਨਹੀਂ ਕਿ ਸਿਰਫ ਉੱਤੋਂ ਉੱਤੋਂ ਕਹਿਤਾ ਕਿ ਹਾਂ ਮਾਫ਼ ਕਰ ਦਿੱਤਾ ਹੈ ਅਤੇ ਮਨ ਵਿੱਚ ਵੈਰ ਵਿਰੋਧ ਰੱਖਣਾ ਨਾ ਜਿੰਨਾ ਹੀ ਸਾਡੇ ਮਨ ਵਿੱਚ ਵੈਰ ਵਿਰੋਧ ਨਫ਼ਰਤ ਈਰਖਾ ਹੋਵੇਗੀ ਨਾ ਉਨੀ ਹੀ ਸਾਡੀ ਬਰਬਾਦੀ ਹੋਣੀ ਆ ਤਾਂ ਇਹ ਚੀਜ਼ਾਂ ਤਾਂ ਆਪਣੇ ਅੰਦਰ ਬਿਲਕੁਲ ਨਹੀਂ ਰਹਿਣ ਦੇਣੀਆਂ ਇਹ ਉਹ ਆਗਿਆ ਜਿਹੜੀ ਆਪਾਂ ਆਪਣੇ ਘਰ ਵਿੱਚ ਲਾ ਕੇ ਦੂਜਿਆਂ ਨੂੰ ਸਾੜਨ ਦਾ ਯਤਨ ਕਰਦੇ ਹਾਂ ਪਰ ਇਹ ਸੰਭਵ ਨਹੀਂ ਆ ਕਦੇ ਵੀ ਆਪਣੇ ਪੈਸੇ ਦਾ ਹੰਕਾਰ ਨਾ ਤਾਂ ਆਪ ਕਰਨਾ ਹੈ ਅਤੇ ਨਾ ਹੀ ਬੱਚਿਆਂ ਨੂੰ ਕਰਨ ਦੇਣਾ ਹੈ ਵਿਖਾਵੇ ਤੋਂ ਦੂਰ ਰਹਿਣਾ ਫਜ਼ੂਲ ਖਰਚੀ ਤੋਂ ਦੂਰ ਰਹਿਣਾ ਇਹ ਚੰਗੀਆਂ ਆਦਤਾਂ ਸਾਡੇ ਵਿੱਚ ਹੋਣਗੀਆਂ ਤਾਂ ਹੀ ਸਾਡੇ ਬੱਚੇ ਸਿੱਖਣਗੇ ਅਤੇ ਇਹ ਚੰਗੀਆਂ ਆਦਤਾਂ ਸਾਡੇ ਬੱਚਿਆਂ ਨੂੰ ਸਿਖਾਉਣੀਆਂ ਹੀ ਪੈਣੀਆਂ ਨੇ ਮਿਹਨਤੀ ਬਣਾਉਣਾ ਹੈ ਹੱਥੀਂ ਕਿਰਤ ਕਰਨੀ ਸਿਖਾਉਣੀ ਆ ਇਹ ਦੱਸਣਾ ਹੈ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਕੰਮ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਆ ਸ਼ਰਮ ਆ ਉਧਾਰ ਮੰਗਣ ਦੇ ਵਿੱਚ ਕਿਸੇ ਦੇ ਨਾਲ ਠੱਗੀ ਠੋਰੀ ਕਰਨ ਦੇ ਵਿੱਚ ਝੂਠ ਬੋਲਣ ਦੇ ਵਿੱਚ ਪਰ ਹੱਥੀਂ ਕਿਰਤ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ਰਮ ਨਹੀਂ ਸਿੱਖਣ ਦੀ ਆਦਤ ਬੱਚਿਆਂ ਨੂੰ ਪਾਉਣੀ ਆ ਇਹ ਹਮੇਸ਼ਾ ਸਿੱਖਦੇ ਰਹਿਣਾ ਹੈ ਇਹ ਨਹੀਂ ਆ ਕਿ ਜੇਕਰ ਆਪਾਂ ਇੱਕ ਕੰਮ ਕਰ ਰਹੇ ਤਾਂ ਇਹਦੇ ਤੇ ਹੀ ਆਪਾਂ ਸੰਤੁਸ਼ਟ ਆ ਨਹੀਂ ਛੋਟੇ ਛੋਟੇ ਕੰਮ ਕਰਦੇ ਆਪ ਕਰਨੇ ਸਿੱਖਣੇ ਆ ਤਾਂ ਇਹ ਕੁਝ ਚੰਗੀਆਂ ਆਦਤਾਂ ਸੀ ਜੋ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਨੇ
कि ये साडे विच होणगीआं तां ही साडे छोटे भैण भरा सानूं देख के सिखणगे, तां ही साडे बच्चे देख के सानूं सिखणगे। तां पति पत्नी इह आदतां जरूर अपनाउण, क्योंकि ये साडे बच्चिआं दे लई बहुत जरूरी आ। ये पूर्ण सानू पाने ही पैने आ, फिर साडे बच्चिआं नूं चलना आसान हो जाएगा। तो जेकर ये वीडियो तुहानूं चंगी लगी है तो इहनूं लाइक जरूर कर दिओ जी, क्योंकि जदों तुसीं वीडियो नूं लाइक करदे हो, वधिया वधिया कमेंट करदे हो, तो फिर बड़ा ही चंगा लगता है। फिर इहदे नाल साडा उत्साह हिम्मत हौसला वधदा है। तो लाइक करन दे विच कमेंट करन दे विच बिल्कुल भी कंजूसी ना करिआ करो। कमेंट करदे होइआं वाहिगुरू जी लिखणा भी आ, वाहिगुरू जी बोलना भी आ।